फिक्र अगले दिन भाई सनवरा मेरे गई सी ते भाई सनवरा ने अपने पसंद के कपड़े लिए सके ते भाई सनवरा नू छोटी ईद दी जड़ी ना शॉपिंग की थी सी ओ भाई सनवरा नू मैं देन जा रही हूं ते भाई सनवरा नू ईद देन जा रहे हैं। हले किसे ने भी अपनी मैनू नहीं लगता कि किसे ने अपनी मतलब भैन नू ईद दी होवे। असी अपनी भाई सनवरा नू अपने इस घर की बेटी नू ईद देन जा रहे हैं ते हले सानू खुद भी नहीं मिली। साडी अम्मी सानू पैसे दिंदी हुंदी है चारा भैनां नू ते असी भाई सनवरा नू कपड़े लिया के दिंदे हुंदे आ ते तैनू अरमान है किड्डे अरमान नाल कहंदी भैन भैया कि हले मैनू आप नू नहीं मिली नहीं हले किसी ने भी नहीं दी हले तो रोजे बच्चे हर किसी ने मतलब मिलती है ना। असी अपना जरा ना बाजी ने असं क्या भी टाइम ना दर्जन बाजी ने दे कपड़े मैं उठा लिया भाई सनवरा के चादर भी कलर भी तो हूँ भाई सनवरा देख के आने और नाल जेड़े भी सीन हुए अपने भैन भैया शेयर करा। चलो जी हम दरवाजा लाग करिए तो कपड़े देख के आइए रास्ते चाह जी अम्मा जी के घर जाने ने कोई गड्डी नहीं करवानी पैंती कोई बस का सफर नहीं लैना पैंता कोई फ्रूट नहीं लैना पैंता तो असि जी जा रहे हैं तो पैदल ही जा रहे हैं तो ईद साड़ी भैन साड़े कोल ही है इस करके लेकिन असं जी चमकना धमकना सूट पा के जा रहे हैं एवं तो एवं गल नहीं असं अज ईद देन जा रहे हैं। अम्मा जी उन्होंने लिंबू लगे हुए बाजी सनवरा के हाथ की इतनी ज़्यादा सब्जी होंगी है देखो जी टमाटर के बूटे ने इतने ज़्यादा फल लिया हुआ माशाला ये मैं कहनी सारे घर ने खाना फिर भी टमाटर नहीं मुकने अंगूर की वाल। चलो जी है जी साड़ी भैन का घर पहुँचते हैं। अस्सलाम वालेकुम ਮਾੜੇ ਮਾੜੇ ਦੇਖੇ ਸੀ ਅਸੀਂ ਉਦੋਂ ਕਿਉਂ ਮੈਂ ਵੇਖੇ ਤੋਂ ਬਗੈਰ ਹੀ ਲੈਂਦੇ ਸਰ ਨਹੀਂ ਵੇਖੇ ਸਨ ਤੇ ਸੋਹਣੇ ਤਰ੍ਹਾਂ ਅਮਾ ਜੀ ਦੇਖ ਲਓ ਅੱਲਾਹ ਤੁਹਾਨੂੰ ਮੈਂ ਨਾ ਬਾਜੀ ਗੋਸ਼ੀ ਕੋਲੋਂ ਟਾਈਮ ਰਖਾਇਆ ਹੀ ਆ ਸਾਡੇ ਕੱਪੜਿਆਂ ਦਾ ਤੇ ਉੱਥੇ ਨਾ ਇੱਕ ਵਾਰ ਈਦ ਦੇ ਨੇ ਗਰਮੀਆਂ ਦੇ ਨੇ ਹਾਂ ਗਰਮੀਆਂ ਵੀ ਹੋ ਗਰਮੀਆਂ ਨਾ ਨਾ कढ़ाई दिखा दवा ना अम्मा जी अम्मा जी नू दिखा रही है चादर मेहरून पाई है ना मैं लैक दिती सी ना हां ना पाली ना छोटी ईद पकना तो है रोजे रखने सहरी अफतारी करनी अली दे पसंद अली ज्यादा आ वाला पसंद आया दोनों सोने चादर भी बहुत ज्यादा सोहनी है चादर अम्मा जी ने भी लिया के देनी है अम्मा जी असि फिर उरे गए काम करके अपना गए देखो हां जी एक पई सी कपड़े दा तू कभी सूट पाओ ना वो पता ही नहीं बे बे सीमा पानी हले बड़ी लोड़ अपने पोतियां पोते खड़ा के जाओ चूड़ियां
ਤੇ ਮਹਿੰਦੀ ਤੇ ਜੁੱਤੀ ਰਹਿ ਗਈ ਤੇਰੀ, ਚੌਥਾ ਨੰਬਰ ਦੰਦ ਉਹ ਵੀ ਮਾਂ ਦੇ ਪੈਰਾਂ ਥੱਲੇ ਜੰਨਤ ਨੇ ਸੱਚ ਕਿਹਾ। ਅੱਛਾ ਮੈਂ ਦੇਖਦਾ ਲੈਣ ਦੇਣਾ ਵੀਰੇ ਕੋ ਹੈ ਕਿਹੜੀ ਕਿਹੜੀ ਸ਼ੈ। ਅੱਛਾ ਕੱਪ ਨਹੀਂ ਨਹੀਂ ਸ਼ੀਸ਼ਾ ਲੈਣਾ ਮੈਂ ਤਾਂ। ਆਹ ਜੱਗ ਦਿਖਾਈ ਵੀਰੇ, ਉਹ ਗ੍ਰੀਨ ਵਾਲਾ ਵੀ ਕੱਢੀ ਹੈ ਬੜੇ ਪਿਆਰ। ਸਕੂਲ ਇਹਨਾਂ ਦੇ ਕੀ ਨੂੰ ਕਸਮ ਇੱਕ ਵਾਰੀ ਮਾੜੇ ਚੈੱਕ ਕਰ ਲਾ ਇੱਥੇ। ਹਾਂ ਲੈ ਪਹਿਲੇ ਚ ਲੱਭ ਗਈ ਜਿੰਦਾਬਾਦ ਹੋ ਮੇਰਾ, ਥਿਸ ਇਜ਼ ਦਾ ਬ੍ਰਾਂਡ ਮੇਰਾ ਨੂੰ ਪਤਾ ਕਿ ਕੈਟ ਅੰਗਰੇਜ਼ੀ ਮੇਰਾ। ਹੁਣ ਇਹਨਾਂ ਦੇ ਪਾਣ ਦਾ ਚਿਹਣਾ ਨਾ ਸਾਫ ਤੇ ਕੋਈ ਨਹੀਂ। ਕਿੱਦਾਂ ਨਵੇਂ ਕੱਪੜੇ ਮੈਂ ਪਾਏ ਆ ਦੇਖੋ ਤਾਂ, ਆਏ ਕਿਆ ਤਿੱਲਾ ਚਮਕ ਜਗਮਗ ਜਗਮਗ ਕਰਦਾ ਡਗਮਗ ਡਗਮਗ ਡਗਮਗ। ਐ ਗੌਨ ਨਾ ਕੱਢਾ ਇਹਨਾਂ ਦੇ ਵਿੱਚੋਂ ਤੂੰ ਕੀ ਕੱਢਣਾ ਹੂੰ, ਇਹਨਾਂ ਦੇ ਵਿੱਚੋਂ ਤੂੰ ਕੀ ਕੱਢਣਾ। ਮੈਂ ਪਾਣੀ ਕੱਲੂ ਮਰਨਾ ਹਿਸਾਬ ਤਾਂ ਮੈਂ ਦੇਣਾ ਤੁਸੀਂ ਤਾਂ ਦੇਣਾ। ਵਾ ਵਾ ਬੱਲੇ 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 ਆ ਮੈਂ ਕਿ ਗੌਨ ਨਾ ਕੱਢਾ। ਕਿਹੜਾ ਗੌਨ? ਗੌਨ ਵਾਈਟ ਤੇ ਦੂਸਰਾ ਰਹਿਣ ਦੇ ਇਹਨਾਂ ਨੂੰ। ਹਾਂ ਇਹਨਾਂ ਨੂੰ ਨਾ ਕੱਢਾ, ਇਹ ਇੱਥੇ ਪਏ ਰਹਿਣ। ਇਹ ਕੱਪੜੇ ਕਿਦੋਂ ਦੇ ਨੇ ਹੂੰ? ਇਹ ਕੱਪੜੇ ਕਿਦੋਂ ਦੇ ਨੇ? ਇਹ ਕੋਈ ਸ਼ਾਦੀ ਦੇ ਤੇ ਕੋਈ ਸ਼ਾਦੀ ਦੇ ਬਾਅਦ ਦੇ। ਅੱਛਾ ਜੀ ਇਹ ਵਾਲਾ ਜਿਹੜਾ ਸੂਟ ਸੂਟ ਕਹਿੰਦੀ ਆ ਇਹ ਵਾਲਾ ਕੁਲਾਕ ਅਲੀ ਕਿਤੇ ਲਗਾਓ। ਅੱਛਾ ਬਹੁਤ ਪਿਆਰਾ, ਇਹਨੂੰ ਬਾਹਰ ਕੱਢ। ਹਾਂ ਇਹ ਲਗਾਓ ਬਹੁਤ ਪਿਆਰਾ ਕੁਲਾਕ। ਆਪਣੀ ਜ਼ਿੰਮੇਵਾਰੀ ਤੇ ਲੱਥੀ ਥੱਲੇ। ਹਾਂ ਜਾਪਾਨੀ ਸਪੇਅਰ ਪਾਰਟ ਹੈ, ਲੋਕਲ ਮਾਲ ਲੱਭਣਾ ਵੀ ਕੋਈ ਇੱਥੇ। ਤੇ ਗਰਮੀਆਂ ਵਾਲੇ ਹਲੇ ਨਾ ਕੱਢਾਂ ਕਿਉਂਕਿ ਜਦੋਂ ਸਰਦੀਆਂ ਵਾਲੇ ਰੱਖੂਗੀ ਫਿਰ ਗਰਮੀਆਂ ਵਾਲੇ ਕੱਢ ਲਵਾਂਗੀ। ਸਰਦੀਆਂ ਵਾਲੇ ਮੈਂ ਤੇ ਆਪਣੇ ਰੱਖ ਛੜੇ ਨੇ ਤੂੰ? ਮੈਂ ਤਾਂ ਨਹੀਂ ਹਲੇ ਰੱਖੇ। ਹੈ ਮੈਂ ਤਾਂ ਹਲੇ ਇਕੱਠੇ ਕਰੂੰਗੀ। ਕੋਰਾ ਪੈਂਦਾ ਤੇ ਨਹੀਂ ਹਲੇ ਇਕੱਠੇ ਨਹੀਂ ਕੀਤੇ ਨੇ। ਬੜੀ ਗੱਲ ਕੀਤੀ। ਹਾਂ ਸਾਰੇ ਇਕੱਠੇ ਕਰਨ ਵਾਲੇ ਤਾਂ ਟਾਈਮ ਲੱਗਣਾ ਵਾ। ਅੱਛਾ ਜੀ ਲਾਈਟ ਨਹੀਂ ਹੈ ਤੇ ਮੈਂ ਨਾ ਪਰਦਾ ਸੈਰ ਤੇ ਕੀਤਾ। ਹਾਂ ਐਵੇਂ ਉਲਟਾ ਲਟਕਾ ਰਹੀ ਹਾਂ ਤਾਂ ਮੋਤੀ ਨਾ ਕਿਰੇ ਕੋਈ ਵੀ। ਅਤੇ ਇਹ ਜਦੋਂ ਪਾਣੇ ਹੋਏ ਰੇਸ਼ਮੀ ਕੱਪੜੇ ਜ਼ਿਆਦਾ ਤਾਂ ਨਹੀਂ ਇੰਨੇ ਪ੍ਰੈਸ ਹੁੰਦੇ ਜਿਹੜੇ ਹੈਗੇ ਆ ਵਜ਼ਨੀ, ਲੇਕਿਨ ਸ਼ੁਰੂਆਤ ਅਤੇ ਦੁਪੱਟਾ ਹਲਕਾ ਹਲਕਾ ਹੋ ਜਾਂਦਾ ਹੁਣ ਲੇਕਿਨ ਇੱਥੇ ਕੰਮ ਆ ਤਾਂ ਏਡਾ ਨਹੀਂ ਹੋਣਾ। ਪ੍ਰੈਸ ਇਸਤਰੀ ਕਾ ਕੇ ਪਾ ਕੇ ਇਸਤਰੀ ਕਰਕੇ ਲਾਈਟ ਨਹੀਂ ਆ ਜੀ। ਲਾਈਟ ਸਾਡੀ ਸੁਬਹ ਜਾਂਦੀ ਆ ਅਤੇ ਸ਼ਾਮੀ ਆਉਂਦੀ ਆ ਢਾਈ ਤੀ, ਕਦੀ 2:30 ਵਜੇ ਆ ਜਾਂਦੀ, ਕਦੀ 3, ਕਦੀ 3:30 ਆਉਂਦੀ ਆ। ਇਹਨਾਂ ਦੀ ਅੱਗੇ ਤੋਂ ਮਿੱਝੀ ਕੱਢ ਛੱਡੀ ਤੈਨੂੰ ਫਿਰ ਦੁਬਾਰਾ। ਦੂਸਰਾ ਸੂਟ ਜੀ ਆ ਲੈਮਨ ਅਲੀ ਦਾ ਫੇਵਰਟ ਹੁੰਦਾ ਸੀ। ਇਹ ਜਿੱਦੋਂ ਪਾਣੀ ਹੋਏ ਨਾ ਹਲਕੀ ਹਲਕੀ ਇਹਨਾਂ ਨੂੰ ਇਸਤਰੀ ਕਰ ਲਉਂਗੇ ਅਤੇ, ਲੇਕਿਨ ਲਾਈਟ ਨਹੀਂ ਹੈ ਅਤੇ ਇਸ ਕਰਕੇ ਮੈਂ ਜਿਹੜਾ ਨਾ ਹੈਂਗਰ 'ਤੇ ਮੈਂ ਕਿਹਾ ਖਿਲਾਰਾ ਮੁੱਕੇ। ਬੀਬੀਆਂ ਪਤਾ ਨਹੀਂ ਕਿਵੇਂ ਇਹਨਾਂ ਫੁੱਲਾਂ ਵਾਲੇ ਅਤੇ ਗੋਟੇ ਕਿਨਾਰੀ ਵਾਲੇ ਪਾ ਲਏ। ਅਗਰ ਤੁਸੀਂ ਬੁੜੀਆਂ ਹੁੰਦੀਆਂ ਤਾਂ ਤੁਹਾਨੂੰ ਵੀ ਪਤਾ ਹੁੰਦਾ ਵੀ ਕਿਵੇਂ ਪਾਈਦੇ ਆ। ਹੁਣ ਅਸੀਂ ਬੁੜੀਆਂ ਸਾਨੂੰ ਪਤਾ। ਅੱਲਾ ਦਾ ਲੱਖ ਲੱਖ ਸ਼ੁਕਰ ਅੱਲਾ ਬੰਦੇ ਬਣਾਏ। ਸਰ ਲਾਸਟ ਸੂਟ ਆ ਅਤੇ ਵਲੋਗ ਦਾ ਮੈਂ ਕਰਦੀ ਐਂਡ। ਅਗਰ ਇਹ ਵੀਡੀਓ ਸਾਡੇ ਭੈਣ ਭਾਈ ਨੂੰ ਅੱਛੀ ਲੱਗੇ ਲਾਈਕ ਕਰਿਓ, ਸ਼ੇਅਰ ਕਰਿਓ। ਜਿਹਨੇ ਜਿਹਨੇ ਆਪਣੀ ਕਿਸੇ ਧੀ ਭੈਣ ਨੂੰ ਈਦ ਦੇ ਟਾਈਮ ਨਾਲ ਦੇ ਦਿਓ ਜੀ, ਫਿਕਰ ਮੁੱਕੇ ਅਤੇ ਧੀਆਂ ਭੈਣ ਆਪਣਾ ਟਾਈਮ ਨਾਲ ਸਿਲਾਈ ਕਰਕੇ ਪਾਉਣ। ਰੱਬ ਸੁਣ ਦੇ ਹਵਾ। ਭਾਵੇਂ ਕੁਦਰਤੀ ਕੋਈ ਗੱਲ ਹੈ, ਭਾਵੇਂ ਜਿੰਨਾ ਵੀ ਧੀਆਂ ਭੈਣਾਂ ਆਪਣੇ ਘਰਾਂ 'ਚ ਸੁੱਖੀ ਹੋਣ, ਆਪਣਾ ਖਾਂਦੀਆਂ ਪੀਂਦੀਆਂ ਹੋਣ, ਲੇਕਿਨ ਨਿੱਕੀ ਈਦ ਦੀ ਜਿਹੜੀ ਈਦ ਹੁੰਦੀ ਹੈ ਨਾ, ਇਹਨਾਂ ਦਾ ਉਹਨਾਂ ਨੂੰ ਵੱਖਰਾ ਹੀ ਚਾਅ ਹੁੰਦਾ। ਹਾਂਜੀ ਵੱਖਰਾ ਹੀ ਚਾਅ ਹੁੰਦਾ ਵੀ ਵੱਡੀ ਤਾਂ ਹੁੰਦੀ ਬੋਟੀਆਂ ਦੀ, ਕੋਈ ਵੀ ਨਹੀਂ ਦਿੰਦਾ। ਤੇ ਵੈਸੇ ਕਿਸੇ ਦੇ ਘਰ ਜਾਓ ਤੇ ਬੰਦਾ ਖਾਲੀ ਤੇ ਨਾ ਜਾਂਦਾ ਤੇ ਨਾ ਬੰਦਾ ਕੋ ਆਇਆ ਜਾਂਦਾ ਹੀ ਆ। ਜੋ ਤੋਫੀਕ ਹੁੰਦੀ ਹੈ ਬੰਦਾ ਧੀਆਂ ਭੈਣਾਂ ਸਿਰ ਤੇ ਹੱਥ ਰੱਖ ਦਿੰਦਾ, ਨਹੀਂ ਤਾਂ ਨਾ ਸਹੀ। ਤੇ ਛੋਟੀ ਈਦ ਤਾਂ ਲਾਜ਼ਮੀ ਆ ਨਾ, ਲਾਜ਼ਮੀ ਹੁੰਦੀ ਹੈ। ਇਹ ਤਾਂ ਹਰ ਧੀ ਵਾਸਤੇ ਲਾਜ਼ਮੀ ਆ ਕਿ ਜਿੰਨੀ ਕਿਸੇ ਤੋਫੀਕ ਦਿੰਦੇ ਆ। ਅੱਛਾ ਜੀ ਅੱਲਾ ਹਾਫਿਜ਼। ਰੱਬ ਸੋਹਣੇ ਦੇ ਹਵਾਲੇ, ਰੱਬ ਰਾਖਾ, ਅੱਲਾ ਹਾਫਿਜ਼।